system day. ਕਿਸੇ ਵੀ ਜਸਟਿਸ ਸਿਸਟਮ ਦੇ ਤਿੰਨ ਬੇਸਿਕ ਪ੍ਰਿੰਸੀਪਲਸ ਹੁੰਦੇ ਨੇ, ਵਕੀਲ ਨੂੰ ਮਿਲ ਸਕਣ ਦਾ ਹੱਕ, ਅਦਾਲਤ ਵਿੱਚ ਜਾ ਸਕਣ ਦਾ ਹੱਕ, ਅਤੇ ਅਦਾਲਤ ਦੇ ਵਿੱਚ ਨਿਰਪੱਖ ਜੋ ਹੀਅਰਿੰਗ ਆ ਉਹਦਾ ਹੱਕ। ਕਾਮਾ ਘਾਟਾ ਮਾਰਗ ਦੇ ਮੁਸਾਫਰਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਹੱਕ ਨਹੀਂ ਸੀ ਮਿਲਿਆ। ਵਕੀਲ ਨੂੰ ਮਿਲ ਸਕਣ ਦਾ ਹੱਕ, ਜੋ ਭਾਈ ਗੁਰਦਿੱਤ ਸਿੰਘ ਸੀ, ਜੋ ਸਾਡਾ ਵਕੀਲ ਸੀ ਇੱਥੋਂ ਦਾ ਐਡਵਰਡ ਬਰਡ, ਉਹ ਸਿਰਫ ਅਤੇ ਸਿਰਫ 2 ਮਹੀਨੇ ਦੇ ਵਿੱਚ ਇੱਕ ਵਾਰ ਮਿਲ ਸਕਿਆ ਸੀ, ਉਹ ਵੀ ਪੁਲਿਸ ਦੇ ਪਹਿਰੇ ਦੇ ਵਿੱਚ। ਜੋ ਬਰਾਡ ਇਨਲੈਟ ਹੈ ਉਹਦੇ ਵਿੱਚ ਇੱਕ ਬੋਟ ਦੇ ਵਿੱਚ ਗੁਰਦਿੱਤ ਸਿੰਘ ਸੀ, ਦੂਸਰੀ ਬੋਟ ਦੇ ਵਿੱਚ ਐਡਵਰਡ ਬਰਡ ਸੀ। ਕਹਿਣ ਦਾ ਮਤਲਬ ਜੋ ਸਾਡਾ ਵਕੀਲ ਸੀ ਉਹਨੇ ਹਨੇਰੇ ਦੇ ਵਿੱਚ ਕੇਸ ਲੜਿਆ ਸੀ, ਅਦਾਲਤ ਵਿੱਚ ਜਾਣ ਨਹੀਂ ਸੀ ਦਿੱਤਾ ਗਿਆ। ਜੋ ਸਾਡਾ ਇੱਥੋਂ ਦਾ ਐਮ ਪੀ ਸੀ ਮਿਸਟਰ ਐਚ ਐਚ ਸਟੀਵਨ, ਉਹਦਾ ਇਹ ਸਟੇਟਮੈਂਟ ਆ, ਕਹਿੰਦਾ ਲੋਕ ਮੈਨੂੰ ਪੁੱਛਦੇ ਨੇ ਕਿ ਤੁਸੀਂ ਕੇਸ ਅਦਾਲਤ ਵਿੱਚ ਕਿਉਂ ਨਹੀਂ ਲੈ ਜਾਂਦੇ। ਕਹਿੰਦਾ ਮੇਰਾ ਜਵਾਬ ਇਹ ਹੈ ਕਿ ਅਸੀਂ ਅਦਾਲਤ ਵਿੱਚ ਜਾਣ ਨੂੰ ਤਿਆਰ ਤਾਂ ਹਾਂ, ਪਰ ਜੇ ਕਿਧਰੇ ਕੋਈ ਇਮਾਨਦਾਰ ਅਦਾਲਤ ਹੋਵੇ ਤਾਂ। ਅੱਜ ਕੱਲ੍ਹ ਐਸੇ ਜੱਜ ਨੇ ਇੱਥੇ ਜਿਹੜੇ ਲੋਕ ਰਾਏ ਦੇ ਵਿਰੁੱਧ ਜਾਂਦਿਆਂ ਹੋਇਆਂ ਕਾਮਾ ਘਾਟਾ ਮਾਰੂ ਦੇ ਮੁਸਾਫਰਾਂ ਦੇ ਹੱਕ ਵਿੱਚ ਫੈਸਲਾ ਦੇਣ ਲਈ ਤਿਆਰ ਬੈਠੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਨਾ ਵਕੀਲ ਨੂੰ ਮਿਲ ਸਕਣ ਦਾ ਹੱਕ ਮਿਲਿਆ, ਅਤੇ ਨਾ ਅਦਾਲਤ ਵਿੱਚ ਜਾਣ ਦਾ ਹੱਕ। ਜੋ ਸਾਡੇ ਕਾਮਾ ਘਾਟਾ ਮਾਰੂ ਦੇ ਮੁਸਾਫਰ ਨੇ ਉਹਨਾਂ ਨੇ ਕਿਤੇ ਹਨੇਰੇ ਵਿੱਚ ਕਿਸੇ ਰਿਮੋਟ ਏਰੀਏ ਦੇ ਵਿੱਚ ਜਾ ਕੇ ਜਹਾਜ਼ ਲਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਉਹ ਸਿੱਧੇ ਦਰਵਾਜ਼ੇ ਰਾਹੀਂ। ਅੱਜ ਦੇ ਦਿਨ ਵੈਨਕੂਵਰ ਦੀ ਬੰਦਰਗਾਹ 'ਤੇ 376 ਮੁਸਾਫਰਾਂ ਨਾਲ ਲੱਦੇ ਜਹਾਜ਼ ਨੂੰ ਜਿਸ ਤਰੀਕੇ ਨਾਲ ਨਸਲੀ ਵਿਤਕਰੇ ਤਹਿਤ ਰੋਕਿਆ ਗਿਆ ਅਤੇ ਜੋ ਵਧੀਕੀਆਂ ਹੋਈਆਂ, ਅੱਜ ਦਾ ਇਤਿਹਾਸ 100 ਸਾਲ ਦੇ ਬਾਅਦ ਉਸ ਨੂੰ ਸਾਡੇ ਸਾਹਮਣੇ ਰੱਖ ਰਿਹਾ, ਅਤੇ 376 ਮੁਸਾਫਰਾਂ ਨੂੰ ਯਾਦ ਕਰਨ ਲਈ ਅੱਜ ਇਸ ਪਾਰਕ ਦੇ ਵਿੱਚ ਜੇਕਰ 376 ਵਿਅਕਤੀ ਵੀ ਮੌਜੂਦ ਹੋ ਤਾਂ ਤੁਸੀਂ ਵਧਾਈ ਦੇ ਪਾਤਰ ਹੋ। ਘੱਟੋ ਘੱਟ ਅੱਜ ਇਹ ਮਹਿਸੂਸ ਜ਼ਰੂਰ ਕਰ ਰਹੇ ਹੋ ਕਿ ਹਾਂ, ਸਾਡੇ ਅੰਦਰ ਕਿਤੇ ਨਾ ਕਿਤੇ ਦਰਦ ਹੈ। ਅੱਜ ਪੋਲੀਟੀਕਲ, ਸੋਸ਼ਲ, ਕਲਚਰਲ ਵੱਖ ਵੱਖ ਜਥੇਬੰਦੀਆਂ ਅਤੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਦਿੱਤੇ ਨੇ, ਅਤੇ ਅੱਜ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਜਿੱਥੇ ਮੇਲਿਆਂ ਦੇ ਵਿੱਚ 50-50 ਹਜ਼ਾਰ ਦੇ ਇਕੱਠ ਹੁੰਦੇ ਨੇ, ਅੱਜ ਦਾ ਦਿਨ ਵੀ ਇਹਨਾਂ ਨੇ ਯਾਦ ਰੱਖਿਆ, ਚੇਤਾ ਰੱਖਿਆ ਕਿ ਹਾਂ ਇਸ ਦਿਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਖੜ੍ਹੇ ਹਾਂ। ਆ ਗਗਨ ਚੁੰਬੀ ਇਮਾਰਤਾਂ ਦੇ ਵਿੱਚ ਸਾਡੇ ਵਿਅਕਤੀ ਕੰਮਕਾਰ ਕਰਦੇ ਨੇ, ਇਹਨਾਂ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੁਮਾਇੰਦੇ ਬੈਠੇ ਨੇ, ਸਾਡੇ ਮਿਨਿਸਟਰ ਉੱਚੇ ਅਹੁਦਿਆਂ 'ਤੇ ਬੈਠੇ ਨੇ, ਪਰ ਇਹ ਸਾਰਾ ਕੁਝ ਥਾਲੀ 'ਚ ਪਰੋਸ ਕੇ ਨਹੀਂ ਮਿਲਿਆ। ਇਸ ਪਿੱਛੇ ਕੁਰਬਾਨੀਆਂ ਉਹਨਾਂ ਯੋਧਿਆਂ ਦੀਆਂ ਜਿਨ੍ਹਾਂ ਦੀ ਅੱਜ ਅਸੀਂ ਯਾਦ ਮਨਾ ਰਹੇ। ਅਤੇ ਜੇਕਰ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡਾ ਇਤਿਹਾਸ ਕੀ ਹੈ, ਜੇਕਰ ਅਸੀਂ ਘਰ ਦੇ ਵਿੱਚ ਅੱਜ ਇਹ ਗੱਲ ਨਹੀਂ ਕੀਤੀ ਕਿ ਸਾਡੇ ਬਜ਼ੁਰਗ ਨੇ ਕਿਸੇ ਨੇ ਕੁਰਬਾਨੀ ਦੇ ਕੇ ਇੱਥੇ ਪਸ਼ੂਆਂ ਤੋਂ ਬੁਰੇ ਹਾਲਾਤ ਦਾ ਸਾਹਮਣਾ ਕਰਕੇ ਸਾਡੇ ਲਈ ਕੈਨੇਡਾ ਇਹੋ ਜਿਹਾ ਕੈਨੇਡਾ ਬਣਾਇਆ, ਤਾਂ ਸਾਡੇ 'ਤੇ ਵੀ ਲਾਣ ਦੇ। ਦੋਸਤੋ, ਅੱਜ ਤੁਸੀਂ ਮੋਮਬੱਤੀਆਂ ਜਗਾ ਕੇ ਉਹਨਾਂ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ ਜਿਨ੍ਹਾਂ ਨੇ ਆਪਣਾ ਵਰਤਮਾਨ ਤਿਆਗ ਕੇ ਸਾਡਾ ਭਵਿੱਖ ਸਿਰਜਿਆ। ਪਰ ਇੱਕ ਯਾਦ ਰੱਖਿਓ, ਜੇ ਅੱਜ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਅਸੀਂ ਆਪਣੀਆਂ ਪੀੜ੍ਹੀਆਂ ਦੇ ਵਾਸਤੇ, ਆਉਂਦੀਆਂ ਜਨਰੇਸ਼ਨ ਵਾਸਤੇ ਆਵਾਜ਼ ਬੁਲੰਦ ਨਾ ਕੀਤੀ, ਤਾਂ ਇਤਿਹਾਸ ਵਿੱਚ ਸਾਡਾ ਕੋਈ ਥਾਂ ਨਹੀਂ ਹੋਣਾ। ਕਾਮਾ ਘਾਟਾ ਮਾਰੂ ਦਾ ਇਤਿਹਾਸ ਦੁਨੀਆ ਦੇ ਉਸ ਹਰ ਪੰਨੇ ਦਾ ਇਤਿਹਾਸ ਹੈ ਜਿੱਥੇ ਮਨੁੱਖਾਂ ਨਾਲ ਵਿਤਕਰਾ ਹੋਇਆ,
ਕੈਨੇਡਾ ਦਾ ਇਤਿਹਾਸ ਹੈ ਜਿਹੜਾ ਕਿ ਉਸ ਬਸਤੀਵਾਦ ਦਾ ਕਾਲਾ ਅਧਿਆਇ ਸੀ। ਭਾਰਤ ਦਾ ਇਤਿਹਾਸ ਹੈ ਜਿਸ ਦੀ ਬੰਦਰਗਾਹ 'ਤੇ ਪਹੁੰਚੇ ਜਹਾਜ਼ ਦੇ 19 ਮੁਸਾਫਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਹਰ ਗੁਲਾਮੀ ਦਾ ਇਤਿਹਾਸ ਹੈ ਜਿਸ ਗੁਲਾਮੀ ਦੇ ਕਾਰਨ ਮਨੁੱਖ ਨੂੰ ਮਨੁੱਖ ਨਹੀਂ ਸੀ ਸਮਝਿਆ ਜਾਂਦਾ। ਅਤੇ ਅੱਜ ਮੈਂ ਇੱਕ ਗੁਜ਼ਾਰਿਸ਼ ਕਰਦਾ, ਜਿੱਥੇ ਕੈਨੇਡਾ ਦੇ ਵਿੱਚ ਤੁਸੀਂ ਇਕੱਠਿਆਂ ਹੋ ਕੇ ਮੁਆਫ਼ੀ ਦੇ ਵਾਸਤੇ, ਸਿਲੇਬਸ ਦੇ ਵਾਸਤੇ, ਆਵਾਜ਼ ਦੇ ਵਾਸਤੇ, ਬਰਾਬਰੀ ਦੇ ਵਾਸਤੇ, ਮਨੁੱਖੀ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰ ਰਹੇ ਹੋ, ਉੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਸ ਧਰਤੀ 'ਤੇ ਦੁਖਾਂਤ ਵਾਪਰਿਆ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ, ਉੱਥੋਂ ਦੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਉੱਥੋਂ ਦੇ ਇਤਿਹਾਸ ਦੇ ਵਿੱਚ, ਉੱਥੋਂ ਦੇ ਸ਼ੋਕ ਮਤਿਆਂ ਦੇ ਵਿੱਚ ਇਸ ਕਾਮਾ ਗਾਟਾ ਮਾਰੂ ਦਾ ਜ਼ਿਕਰ ਹੋਵੇ। ਉਹਨਾਂ ਨੂੰ ਕਿਸੇ ਪ੍ਰਵਾਨਗੀ ਦੀ ਜ਼ਰੂਰਤ ਨਹੀਂ, ਪਰ ਅਫਸੋਸ ਹੈ ਕਿ ਜ਼ਿਕਰ ਉੱਥੇ ਵੀ ਕਦੇ ਨਹੀਂ ਹੋਇਆ। ਅਸੀਂ ਇਹ ਅੱਜ ਆਵਾਜ਼ ਬੁਲੰਦ ਕਰੀਏ ਕਿ ਅਸੀਂ ਇਹੋ ਦਿਨਾਂ ਨੂੰ ਕੇਵਲ ਮਨਾਉਣ ਤੱਕ ਸੀਮਤ ਨਾ ਰਹੀਏ। ਅੱਜ ਅਸੀਂ ਇਹਨਾਂ ਪਾਣੀਆਂ ਦੀ ਗਵਾਹੀ ਦੇ ਵਿੱਚ, ਵੈਨਕੂਵਰ ਦੀ ਧਰਤੀ ਦੀ ਗਵਾਹੀ ਦੇ ਵਿੱਚ ਇਹ ਦੇਖੀਏ ਕਿ ਕਿਸੇ ਨਾਲ ਕੋਈ ਵੀ ਧਰਮ, ਰੰਗ, ਨਸਲ, ਵਰਗ, ਕੋਈ ਪੋਲੀਟੀਕਲ ਸਮਾਜਿਕ ਪਾਰਟੀ, ਕੋਈ ਜਥੇਬੰਦੀ, ਕੋਈ ਧਾਰਮਿਕ ਅਦਾਰਾ, ਕੋਈ ਫਿਰਕਾ ਕਦੇ ਵੀ ਕਿਸੇ ਦੀ ਧੱਕੇਸ਼ਾਹੀ ਦਾ ਸ਼ਿਕਾਰ ਨਾ ਹੋਵੇ। ਜੇ ਇਹ ਇਤਿਹਾਸ ਅਸੀਂ ਕਾਇਮ ਰੱਖ ਲਿਆ ਤਾਂ ਸਮਝ ਲਓ ਕਿ ਸਾਡਾ ਅੱਜ ਦਾ ਮਨਾਇਆ ਹੋਇਆ ਦਿਨ ਵੀ ਸਫਲ ਹੈ ਅਤੇ ਸਾਡੀ ਸ਼ਰਧਾਂਜਲੀ ਉਹਨਾਂ ਗਦਰੀ ਬਾਬਿਆਂ ਨੂੰ ਪ੍ਰਵਾਨ ਹੈ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।